वाहिगुरु जी का खालसा वाहिगुरु जी फतेह जी। ये बड़े देगे मंगवाए गए है जी, आ पत्थी रखे हुए चाके देगा। इन देगिया दे विच सुपनिया दे घर दी फैमिली है जिहड़ी साडा परिवार आ उन्हां वास्ते दालां ते सब्जियां बनाईयां जाया करनियां। देखो किड्डा वड्डा साइज आ देगिया दा, है ना, क्योंकि जिवें जिवें परिवार वड्डा हुंदा जा रहा उवें उवें ਇਹ ਭਾਂਡੇ ਵੀ ਵੱਡੇ ਹੁੰਦੇ ਆ। ਪਹਿਲਾਂ ਛੋਟੇ ਦੇਗੇ ਸੀਗੇ, ਦੇਖੋ ਜਦੋਂ ਸਬਜ਼ੀ ਬਣਾਉਣ ਲੱਗਦੇ ਆ ਤੇ ਸਾਰੀ ਉਹ ਉੱਬਲ ਕੇ ਬਾਹਰ ਆ ਜਾਂਦੀ ਆ, ਕਿਉਂਕਿ ਮੈਂਬਰਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਦਿਨੋਂ ਦਿਨ। ਤੇ ਇਹ ਚਾਰ ਦੇਗੇ 70,000 ਰੁਪਏ ਦੇ ਦੇਗੇ ਆ ਜੀ। ਇਹ ਅਸੀਂ ਅੱਜ ਦੁਕਾਨ ਤੋਂ ਮੁੱਲਾਪੁਰੋਂ, ਕਿਹੜੀ ਦੁਕਾਨ ਤੋਂ ਲੈ ਕੇ, ਕਿਹੜਾ ਜੀ, ਤੁਸੀਂ ਉੱਥੋਂ ਹੀ ਆਏ ਹੋ, ਜਿੰਦਲ ਬਰਤਨ ਸਟੋਰ ਉੱਥੋਂ ਲਏ ਆ ਜੀ ਇਹ। ਉੱਥੇ ਸੰਗਤ ਨੂੰ ਬੇਨਤੀ ਹੈ, ਕੋਈ ਭੈਣ ਭਰਾ ਇਹਨਾਂ ਭਾਂਡਿਆਂ ਦੀ ਸੇਵਾ ਕਰਨੀ ਚਾਹੁੰਦਾ, ਇਹਦੇ 'ਚ ਹਿੱਸਾ ਪਾਉਣਾ ਚਾਹੁੰਦਾ, ਤੇ ਇਹਦਾ ਬਿੱਲ ਹਜੇ ਦੇਣ ਵਾਲਾ ਜੀ। ਮੁੱਲਾਪੁਰ ਜਿੰਦਲ ਬਰਤਨ ਸਟੋਰ ਆ ਜੀ, ਉੱਥੋਂ 72,000 ਰੁਪਏ ਦਾ ਕਰੀਬ ਇਹ ਸਮਾਨ ਆਇਆ ਜੀ। ਤੇ ਜ਼ਰੂਰ ਆਪਣਾ ਬਣਦਾ ਯੋਗਦਾਨ ਪਾਇਓ। ਜਿੰਦਲ ਬਰਤਨ ਸਟੋਰ ਮੁੱਲਾਪੁਰ ਸੱਤ, ਉਹਨਾਂ ਦਾ ਤੁਸੀਂ ਕੰਟੈਕਟ ਨੰਬਰ ਲੈ ਸਕਦੇ ਹੋ, ਉੱਥੇ ਮਿਲ ਕੇ ਜਾ ਕੇ ਇਹਨਾਂ ਦੇ ਬਿੱਲ ਦੇ ਵਿੱਚ ਹਿੱਸਾ ਪਾ ਸਕਦੇ ਹੋ ਜੀ। ਤੇ ਹੁਣੇ ਇਹ ਵੀਰ ਛੱਡਣ ਆਏ ਹੋਏ ਨੇ, ਕਿਉਂਕਿ ਹੁਣ ਮੈਂਬਰਾਂ ਦੀ ਗਿਣਤੀ ਜਿਵੇਂ ਜਿਵੇਂ ਵੱਧਦੀ ਜਾ ਰਹੀ ਆ। ਪ੍ਰਸ਼ਾਦਾ ਵੀ ਤੁਸੀਂ ਦੇਖਦੇ ਹੋ ਅੰਦਰ ਹੁਣ ਮਸ਼ੀਨ ਰਾਹੀਂ ਬਣਦਾ ਜੀ, ਤੇ ਸਬਜ਼ੀ ਦਾਲ ਵੀ ਬਹੁਤ ਵੱਡੀ ਮਾਤਰਾ 'ਚ ਬਣਦੀ ਹੈ ਜੀ। ਹੁਣ ਆ ਦੇਖੋ ਮਸ਼ੀਨ ਚੱਲ ਰਹੀ ਆ, ਅੰਦਰ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਵਾ। ਉਹ ਲਾਈਟ ਜਗਾ ਲਾ ਪੁੱਤ, ਦੇਖੋ ਇੱਥੋਂ ਦੀ ਪ੍ਰਸ਼ਾਦਾ ਬਣ ਕੇ ਆ ਰਿਹਾ। ਆ ਰੋਟੀ ਆ ਰਹੀ ਹੈ ਥੱਲੇ ਤਵੇ ਤੇ, ਇੱਥੋਂ ਦੀ ਘੁੰਮ ਕੇ ਰੋਟੀ ਫੁੱਲ ਕੇ ਉਹ ਆ ਗਈ। ਜਿੱਦਾਂ ਪੂਰੀਆਂ ਫੁੱਲੀਆਂ ਹੋਈਆਂ ਰੋਟੀਆਂ ਜਿਹੜੀਆਂ ਇਹ ਮਸ਼ੀਨ ਬਣਾਉਂਦੀ ਆ। ਆ ਦੇਖੋ ਪੇੜਾ ਮਾਰਿਆ ਉਹਨੇ ਚੱਕ ਕੇ, ਤੇ ਉਹ ਆ ਗਿਆ ਇੱਧਰੋਂ। ਗੰਨੀ ਬਣ ਜਾਣੀ ਆ, ਗੰਨੀ ਜਿਹਨੂੰ ਕਹਿੰਦੇ ਆ, ਹੋ ਗਈ। ਹੁਣ ਇੱਥੋਂ ਰੋਟੀ ਆ ਗਈ ਹੈ ਨਾ, ਇਹ ਉਹ ਗੰਨੀ ਗਈ, ਇਹ ਰੋਟੀ ਜਾ ਰਹੀ ਹੈ ਜੀ। ਇਹ ਰੋਟੀ ਥੋੜੀ ਚਾਰ ਗੇੜੇ ਦੇਣੇ ਇਹਨੇ, ਰੋਟੀ ਨੇ ਚਾਰ ਗੇੜੇ, ਥੱਲੇ ਦੀ ਚਾਰ ਗੇੜੇ ਦੇ ਕੇ ਐਨ ਪੂਰੀਆਂ ਫੁੱਲਵੀਆਂ ਰੋਟੀਆਂ, ਪ੍ਰਸ਼ਾਦਾ ਨਰਮ ਨਰਮ ਨਾਲ ਦੀ ਨਾਲ, ਦੇਖੋ ਕਿਵੇਂ ਫੁੱਲਿਆ ਹੋਇਆ ਪੂਰਾ, ਤੇ ਨਾਲ ਦੀ ਨਾਲ ਇਹ ਘਿਓ ਨਾਲ ਚੋਪੜ ਕੇ ਦੇਸੀ ਨਾਲ, ਤੇ ਇਹ ਵੀਰ ਇੱਥੇ ਰੱਖੀ ਜਾਂਦੇ ਆ। ਇੱਧਰ ਡੇਗੇ ਭਰ ਭਰ ਕੇ, ਟੱਬ ਭਰ ਭਰ ਕੇ ਪ੍ਰਸ਼ਾਦੇ ਦੇ ਰੱਖੀ ਜਾਂਦੇ ਆ। ਇੱਧਰ ਨਾਲ ਦੀ ਨਾਲ ਆਟਾ ਮਸ਼ੀਨ ਦੇ ਵਿੱਚ ਗੁੰਨ ਕੇ ਉਹਦੇ ਵਿੱਚ ਪਾਈ ਜਾਂਦੇ ਆ। ਬਸ ਕਰਿਓ ਅਰਦਾਸ ਸੱਚੇ ਪਾਤਸ਼ਾਹ ਮਿਹਰ ਕਰਨ। ਆ ਰੀਤਾ ਭੈਣ ਸਾਡੀ ਰਸੋਈ 'ਚ ਝਾੜੂ ਮਾਰੀ ਜਾਂਦੀ। ਰੀਤਾ ਭੈਣ ਸਤਿ ਸ਼੍ਰੀ ਅਕਾਲ, ਸੁਖਮਨੀ ਦੀ ਮੰਮੀ ਹੈ ਜੀ ਇਹ ਭੈਣ, ਉਹ ਕੁਸਮ ਭੈਣ ਆ, ਦੋਨੇ ਵੀਰਾਂ ਵਾ। ਇਹ ਸਾਡੇ ਸੁਪਨਿਆਂ ਦੇ ਘਰ ਦੀਆਂ ਉਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇੱਕ ਭਾਂਡੇ ਧੋਣ ਵਾਸਤੇ ਵੱਡੇ ਸ਼ੈਂਖਾਂ ਦੀ ਲੋੜ ਆ। ਆ ਜਿਹੜੇ ਪੁਰਾਣੇ ਦੇਗੇ ਸੀ ਇਹ ਬਿਲਕੁਲ ਘਸ ਗਏ ਸੀ ਥੱਲਿਓਂ, ਦੇਖੋ ਉਹ ਦੇਖੋ ਥੱਲੇ ਦੀ ਨਾ ਮੋਰੀ ਹੋ ਗਈ ਸੀ ਇਹਦੇ ਵਿੱਚ, ਦੇਖੋ ਚੱਕਿਓ ਬਣਾ ਦੇਗਾ। ਦੇਖੋ ਇਹ ਆ, ਦੇਖੋ ਇਹ ਵੀ ਦੇਗੇ ਦੇ ਵਿੱਚ ਏਦਾਂ ਮੋਰੀ ਹੋ ਗਈ ਸੀਗੀ, ਇਹ ਖਰਾਬ ਹੋਏ ਹੋਏ ਦੇਗੇ ਅੱਜ ਅਸੀਂ ਵਾਪਸ ਭੇਜ ਰਹੇ ਹਾਂ। ਨਵੇਂ ਦੇਗੇ ਆ ਜਿਹੜੇ, ਇਹ ਵੀ ਵਿੱਚ ਕੱਟਣਗੇ ਨਾ, ਠੀਕ, ਕੁਛ ਪੈਸਿਆਂ ਦੇ ਇਹ ਵੀ ਕੱਟੇ ਜਾਣੇ ਆ। ਉਹ 360 ਰੁਪਏ ਕਿਲੋ, 360 ਰੁਪਏ ਤੇ ਨਵਾਂ ਵਾ ਜੀ, 160 ਰੁਪਏ ਕਿਤੇ ਸਕ੍ਰੈਪ, ਇਹ ਪੁਰਾਣਾ ਲਾਉਂਗੇ ਨਾ 160 ਰੁਪਏ, 160 ਰੁਪਏ ਕਿਲੋ ਦੇ ਹਿਸਾਬ ਨਾਲ ਪੁਰਾਣਾ ਲੈਣਗੇ ਵੀਰੇ ਹੋਣੀ, ਤੇ 350 ਰੁਪਏ ਦੇ ਹਿਸਾਬ ਨਾਲ ਨਵਾਂ ਦੇਣਗੇ। ਤੇ ਜਿੰਨਾ ਕਿ ਸਾਡੇ ਕੋਲ ਪੁਰਾਣਾ ਪਿਆ ਵਾ
ਉਹਨਾਂ ਕੇ ਸਮਾਨ ਹਜੇ ਹੋਰ ਵੀ ਸਾਡੇ ਕੋਲ ਲੈਣ ਵਾਲਾ ਭਾਂਡਿਆਂ ਦਾ ਜਿਹੜੇ ਹੋਰ ਛੋਟੇ ਮੋਟੇ ਨਿੱਕੇ ਨੰਨੇ ਸਮਾਨ ਆ ਉਹ ਵੀ ਲਿਖਾਏ ਹੋਏ ਲਿਸਟ ਬਣੀ ਹੋਈ ਆ ਬਸ ਕਰਿਓ ਕਿਰਪਾ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅਰਦਾਸ ਕਰਦੇ ਸਾਰੇ ਦੇਖੋ ਸਾਡੀਆਂ ਬੀਬੀਆਂ ਅਤੇ ਭੈਣਾਂ ਸਾਰੀਆਂ ਹੁਣ ਕੋਈ ਸਬਜ਼ੀ ਕੱਟ ਕੇ ਹਟਿਆ ਕੋਈ ਮਟਰ ਕੱਢ ਕੇ ਹਟਿਆ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਕੋਈ ਆ ਗੱਲਾਂ ਮਾਰੀ ਜਾਂਦੀਆਂ ਬੀਬੀਆਂ ਖੜੀਆਂ ਇੱਧਰ ਵੀਰੇ ਸਾਡੇ ਬਾਪੂ ਹੁਣੀ ਇਹ ਆ ਸਵਰਗ ਇਹ ਸੁਪਨਿਆਂ ਦਾ ਘਰ ਆ ਇਹ ਸਵਰਗ ਦੀਆਂ ਤਸਵੀਰਾਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ